ਤਥਾਰ ਦਾ ਆਟੋ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀਗਾ ਬੀਤੇ ਦਿਨ, ਤਾਂ ਹੁਣ ਉਸਨੂੰ ਰੈਸਕਿਊ ਕੀਤਾ ਜਾ ਰਿਹਾ, ਉਸ ਆਟੋ ਨੂੰ ਬਾਹਰ ਕੱਢਿਆ ਜਾ ਰਿਹਾ। ਤਾਂ ਸਵਾਰੀਆਂ ਸਮੇਤ ਇਹ ਆਟੋ ਸਰਹੰਦ ਨਹਿਰ ਦੇ ਵਿੱਚ ਗਿਰ ਗਿਆ ਸੀਗਾ। ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਤੁਸੀਂ ਕਿ ਥਾਰ ਬੁਰੇ ਤਰੀਕੇ ਦੇ ਨਾਲ ਆਟੋ ਦੇ ਨਾਲ ਟਕਰਾਉਂਦੀ ਹੈ ਤਾਂ ਥਾਰ ਵੀ ਪਲਟ ਜਾਂਦੀ ਹੈ, ਤਾਂ ਉੱਥੇ ਹੀ ਆਟੋ ਬੁਰੇ ਤਰੀਕੇ ਦੇ ਨਾਲ ਸਰਹੰਦ ਨਹਿਰ ਦੇ ਵਿੱਚ ਡਿੱਗ ਜਾਂਦਾ ਆ। ਤਾਂ ਕਈ ਵਿਅਕਤੀ ਜਿਹੜੇ ਇਸ ਦੇ ਵਿੱਚ ਲਾਪਤਾ ਹੋਏ ਦੱਸੇ ਜਾ ਰਹੇ ਨੇ। ਤਾਂ NDRF ਦੀ ਟੀਮ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ। ਤਾਂ ਉੱਥੇ ਹੀ ਗੋਤਾਖੋਰਾਂ ਦੇ ਵੱਲੋਂ ਵੀ ਜਿਹੜਾ ਆ ਇਸ ਜਿਹੜੀ ਆ ਆਟੋ ਰਿਕਸ਼ਾ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਜਿਹੜੀ ਆ ਕੀਤੀ ਜਾ ਰਹੀ। ਤਾਂ ਇਸ ਵੇਲੇ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਰੋਪੜ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਮੌਕੇ ਉੱਤੇ ਪ੍ਰਸ਼ਾਸਨ ਵੀ ਪਹੁੰਚਿਆ, ਡਿਪਟੀ ਕਮਿਸ਼ਨਰ ਖੁਦ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਲੈਂਦੇ ਹੋਏ ਨਜ਼ਰ ਆਏ। ਤਾਂ ਤਸਵੀਰ ਇਸ ਵੇਲੇ ਦੀ ਤੁਹਾਡੇ ਨਾਲ ਰੋਪੜ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਬੇਹੱਦ ਹੀ ਦਰਦਨਾਕ ਹਾਦਸਾ ਵਾਪਰ ਗਿਆ। ਆਟੋ ਭਰਿਆ ਹੋਇਆ ਸੀਗਾ ਸਵਾਰੀਆਂ ਦਾ, ਤਾਂ ਰੋਪੜ ਵੱਲ ਜਾ ਰਿਹਾ ਸੀਗਾ ਸਰਹੰਦ ਨਹਿਰ ਦੇ ਕਿਨਾਰੇ, ਤਾਂ ਦੂਸਰੇ ਪਾਸੇ ਥਾਰ ਆ ਰਹੀ ਸੀਗੀ। ਦੋਵਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ, ਆਪਸ ਦੇ ਵਿੱਚ ਸਾਈਡ ਵੱਜਦੀ ਹੈ, ਜਿਸ ਦੇ ਬਾਅਦ ਥਾਰ ਵੀ ਮੌਕੇ ਉੱਤੇ ਪਲਟ ਜਾਂਦੀ ਆ। ਤਾਂ ਉੱਥੇ ਹੀ ਆਟੋ ਜਿਹੜਾ ਆ ਬੇਕਾਬੂ ਹੋ ਕੇ ਸਰਹੰਦ ਨਹਿਰ ਵਿੱਚ ਜਾ ਵੜਦਾ ਹੈ, ਜਿਸ ਦੇ ਵਿੱਚ ਕਈ ਲੋਕ ਜਿਹੜੇ ਆ ਸਵਾਰ ਹੁੰਦੇ, ਤਕਰੀਬਨ 10 ਤੋਂ 12 ਸਵਾਰੀਆਂ ਇਸ ਦੇ ਵਿੱਚ ਸਵਾਰ ਸੀਗੀਆਂ, ਅਤੇ ਆਟੋ ਸਰਹੰਦ ਨਹਿਰ ਦੇ ਵਿੱਚ ਜਾ ਵੜਿਆ, ਜਿੱਥੇ ਕਈ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ। ਵੀ ਦੱਸਿਆ ਜਾ ਰਿਹਾ ਕਿ ਆਟੋ ਚਾਲਕ ਜਿਹੜਾ ਆ ਉਹ ਵੀ ਲਾਪਤਾ ਦੱਸਿਆ ਜਾ ਰਿਹਾ। ਲਗਾਤਾਰ NDRF ਦੀਆਂ ਟੀਮਾਂ ਵੱਲੋਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਤਸਵੀਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਦੇਖ ਸਕਦੇ ਹੋ NDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਲੱਭਣ ਦੇ ਲਈ ਲੱਗੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਕਿਸੇ ਤਰੀਕੇ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਲੋਕਾਂ ਦੀਆਂ ਮਿਲ ਜਾਣ, ਕਿਉਂਕਿ ਤਕਰੀਬਨ ਕਾਫੀ ਘੰਟੇ ਹੋ ਚੁੱਕੇ ਨੇ, 12 ਤੋਂ 15 ਘੰਟੇ ਹੋ ਚੁੱਕੇ ਨੇ ਇਸ ਨਹਿਰ ਦੇ ਵਿੱਚ ਇਹਨਾਂ ਨੂੰ ਡੁੱਬੇ ਹੋਏ। ਤਾਂ ਪੋਸੀਬਲ ਤਾਂ ਨਹੀਂ ਹੈ ਕਿ ਉਹਨਾਂ ਦੀ ਜਾਨ ਬਚੀ ਹੋਵੇਗੀ, ਉਹਨਾਂ ਦੀ ਜਾਨ ਚਲੇਗੀ ਹੋਵੇਗੀ, ਬੇਹੱਦ ਹੀ ਦਰਦਨਾਕ ਹਾਦਸਾ ਵਾਪਰਿਆ। ਤਾਂ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਦੇ ਲਈ NDRF ਦੀਆਂ ਟੀਮਾਂ ਲਗਾਤਾਰ ਮੁਸ਼ਕਤ ਕਰ ਰਹੀਆਂ ਨੇ। ਤਾਂ ਉੱਥੇ ਹੀ ਆਟੋ ਨੂੰ ਵੀ ਵਾਰ ਜਿਹੜਾ ਆ ਕੱਢਿਆ ਜਾ ਚੁੱਕਿਆ। ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਬੇਹੱਦ ਹੀ ਦਰਦਨਾਕ ਹਾਦਸਾ ਵਾਪਰ ਗਿਆ। ਤਾਂ ਰੋਪੜ ਤੋਂ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਆ, ਰੋਪੜ ਅਤੇ ਥਾਰ ਜਿਹੜੀ ਆ, ਰੋਪੜ ਦੇ ਵਿੱਚ ਥਾਰ ਅਤੇ ਆਟੋ ਰਿਕਸ਼ੇ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਆ। ਤਸਵੀਰ ਦੇਖ ਸਕਦੇ ਹੋ ਤੁਸੀਂ ਟੱਕਰ ਦੇ ਨਾਲ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਆਟੋ ਜਿਹੜਾ ਆ ਉਹ ਸਰਹੰਦ ਨਹਿਰ ਦੇ ਵਿੱਚ ਜਾ ਵੜਦਾ ਹੈ ਅਤੇ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਇਹ ਆਟੋ, ਜਿਸ ਦੇ ਵਿੱਚ ਕਈ ਸਵਾਰੀਆਂ ਸਵਾਰ ਹੁੰਦੀਆਂ ਨੇ। ਤਾਂ ਮੌਕੇ ਉੱਤੇ ਸਵਾਰੀਆਂ ਲਾਪਤਾ ਵੀ ਹੋਈਆਂ ਨੇ, ਜਿਸ ਦੇ ਬਾਅਦ NDRF ਦੀਆਂ ਟੀਮਾਂ ਨੇ ਇਹਨਾਂ ਨੂੰ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੈ। ਤਾਂ ਮੌਕੇ ਉੱਤੇ ਪ੍ਰਸ਼ਾਸਨ ਵੀ ਪਹੁੰਚਿਆ ਆ, ਤਾਂ ਗੋਤਾਖੋਰ ਅਤੇ ਆਮ ਲੋਕ ਵੀ ਮਦਦ ਕਰਦੇ ਹੋਏ ਨਜ਼ਰ ਆਏ। ਤਾਂ ਹੁਣ ਉਸ ਆਟੋ ਨੂੰ ਬਾਹਰ ਕੱਢ ਲਿਆ ਗਿਆ, ਤਸਵੀਰ ਲੇਟੈਸਟ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਸ ਆਟੋ ਨੂੰ ਬਾਹਰ ਕੱਢਿਆ ਗਿਆ। ਤਾਂ ਉੱਥੇ ਹੀ ਜਿਹੜਾ ਆ ਥਾਰ ਵੀ ਦੇਖ ਸਕਦੇ ਕਿਸ ਤਰ੍ਹਾਂ ਪਲਟੀ ਹੋਈ ਥਾਰ ਪਈ ਹੈ। ਤਾਂ ਉੱਥੇ ਹੀ ਆ ਜਿਹੜਾ ਆਟੋ ਬਾਹਰ ਕੱਢਿਆ ਗਿਆ। ਤਾਂ ਬੇਹੱਦ ਹੀ ਦਰਦਨਾਕ ਹਾਦਸਾ ਵਾਪਰ ਗਿਆ, ਰੋਪੜ ਦੇ ਕੋਲ ਹਾਦਸਾ ਵਾਪਰਿਆ, ਜਿੱਥੇ ਥਾਰ ਅਤੇ ਆਟੋ ਰਿਕਸ਼ਾ ਦੀ ਭਿਆਨਕ ਟੱਕਰ ਹੁੰਦੀ ਆ। ਉਸ ਦੇ ਬਾਅਦ ਇਹ ਆਟੋ ਰਿਕਸ਼ਾ ਸਵਾਰੀਆਂ ਨਾਲ ਭਰਿਆ ਆਟੋ ਰਿਕਸ਼ਾ ਇਸ ਨਹਿਰ ਦੇ ਵਿੱਚ ਜਾ ਵੜਿਆ।